ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਡਾ ਦਾ ਕੇਂਦਰ ਦੀ MSP ਲਈ ਬਣਾਈ ਗਈ ਕਮੇਟੀ ਖਿਲਾਫ ਵਿਰੋਧ ਅੱਜ ਵੀ ਜਾਰੀ ਰਿਹਾ। ਸੰਸਦ ਦੇ ਵਿੱਚ ਦੂਜੇ ਦਿਨ ਵੀ ਸਸਪੈਂਸ਼ਨ ਨੋਟਿਸ ਦਾਖਲ ਕਰਕੇ ਰਾਘਵ ਚੱਡਾ ਨੇ ਕੇਂਦਰ ਸਰਕਾਰ ਨੂੰ ਇਹ ਮੰਗ ਕੀਤੀ ਹੈ ਕਿ MSP ਕਮੇਟੀ ਸਰਕਾਰ ਭੰਗ ਕਰੇ ਤੇ ਨਵੀਂ ਨਿਰਪੱਖ ਕਮੇਟੀ ਬਣਾਵੇ ਤੇ ਪੰਜਾਬ ਨੂੰ ਉਸਦੇ ਹੱਕ ਦਿੱਤੇ ਜਾਣ। ਦੱਸਿਆ ਜਾ ਰਿਹਾ ਹੈ ਕਿ ਘੱਟੋ ਘੱਟ ਸਮਰਥਨ ਮੁੱਲ ਲਈ ਕੇਂਦਰ ਨੇ ਜੋ ਕਮੇਟੀ ਬਣਾਈ ਹੈ ਉਸ ਵਿੱਚ ਪੰਜਾਬ ਦੇ ਕਿਸਾਨਾਂ ਦੀ ਪ੍ਰਤੀਨਿਧਤਾ ਨਹੀਂ ਹੈ ਤੇ ਰਾਜ ਸਭਾ ਮੈਂਬਰ ਰਾਘਵ ਚੱਡਾ ਨੇ ਇਸ ਦਾ ਦੂਜੇ ਦਿਨ ਵੀ ਵਿਰੋਧ ਕੀਤਾ ਹੈ ਤੇ ਦੂਜੇ ਦਿਨ ਉਹਨਾਂ ਨੇ ਸਸਪੈਂਸ਼ਨ ਨੋਟਿਸ ਦਾਖਲ ਕੀਤਾ ਹੈ। ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਡਾ ਦਾ ਕੇਂਦਰ ਦੀ MSP ਲਈ ਬਣਾਈ ਗਈ ਕਮੇਟੀ ਖਿਲਾਫ ਵਿਰੋਧ ਅੱਜ ਵੀ ਜਾਰੀ ਰਿਹਾ। ਸੰਸਦ ਦੇ ਵਿੱਚ ਦੂਜੇ ਦਿਨ ਵੀ ਸਸਪੈਂਸ਼ਨ ਨੋਟਿਸ ਦਾਖਲ ਕਰਕੇ ਰਾਘਵ ਚੱਡਾ ਨੇ ਕੇਂਦਰ ਸਰਕਾਰ ਨੂੰ ਇਹ ਮੰਗ ਕੀਤੀ ਹੈ ਕਿ MSP ਕਮੇਟੀ ਸਰਕਾਰ ਭੰਗ ਕਰੇ ਤੇ ਨਵੀਂ ਨਿਰਪੱਖ ਕਮੇਟੀ ਬਣਾਵੇ ਤੇ ਪੰਜਾਬ ਨੂੰ ਉਸਦੇ ਹੱਕ ਦਿੱਤੇ ਜਾਣ। ਦੱਸਿਆ ਜਾ ਰਿਹਾ ਹੈ ਕਿ ਘੱਟੋ ਘੱਟ ਸਮਰਥਨ ਮੁੱਲ ਲਈ ਕੇਂਦਰ ਨੇ ਜੋ ਕਮੇਟੀ ਬਣਾਈ ਹੈ ਉਸ ਵਿੱਚ ਪੰਜਾਬ ਦੇ ਕਿਸਾਨਾਂ ਦੀ ਪ੍ਰਤੀਨਿਧਤਾ ਨਹੀਂ ਹੈ ਤੇ ਰਾਜ ਸਭਾ ਮੈਂਬਰ ਰਾਘਵ ਚੱਡਾ ਨੇ ਇਸ ਦਾ ਦੂਜੇ ਦਿਨ ਵੀ ਵਿਰੋਧ ਕੀਤਾ ਹੈ ਤੇ ਦੂਜੇ ਦਿਨ ਉਹਨਾਂ ਨੇ ਸਸਪੈਂਸ਼ਨ ਨੋਟਿਸ ਦਾਖਲ ਕੀਤਾ ਹੈ। ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਡਾ ਦਾ ਕੇਂਦਰ ਦੀ MSP ਲਈ ਬਣਾਈ ਗਈ ਕਮੇਟੀ ਖਿਲਾਫ ਵਿਰੋਧ ਅੱਜ ਵੀ ਜਾਰੀ ਰਿਹਾ। ਸੰਸਦ ਦੇ ਵਿੱਚ ਦੂਜੇ ਦਿਨ ਵੀ ਸਸਪੈਂਸ਼ਨ ਨੋਟਿਸ ਦਾਖਲ ਕਰਕੇ ਰਾਘਵ ਚੱਡਾ ਨੇ ਕੇਂਦਰ ਸਰਕਾਰ ਨੂੰ ਇਹ ਮੰਗ ਕੀਤੀ ਹੈ ਕਿ MSP ਕਮੇਟੀ ਸਰਕਾਰ ਭੰਗ ਕਰੇ ਤੇ ਨਵੀਂ ਨਿਰਪੱਖ ਕਮੇਟੀ ਬਣਾਵੇ ਤੇ ਪੰਜਾਬ ਨੂੰ ਉਸਦੇ ਹੱਕ ਦਿੱਤੇ ਜਾਣ। ਦੱਸਿਆ ਜਾ ਰਿਹਾ ਹੈ ਕਿ ਘੱਟੋ ਘੱਟ ਸਮਰਥਨ ਮੁੱਲ ਲਈ ਕੇਂਦਰ ਨੇ ਜੋ ਕਮੇਟੀ ਬਣਾਈ ਹੈ ਉਸ ਵਿੱਚ ਪੰਜਾਬ ਦੇ ਕਿਸਾਨਾਂ ਦੀ ਪ੍ਰਤੀਨਿਧਤਾ ਨਹੀਂ ਹੈ ਤੇ ਰਾਜ ਸਭਾ ਮੈਂਬਰ ਰਾਘਵ ਚੱਡਾ ਨੇ ਇਸ ਦਾ ਦੂਜੇ ਦਿਨ ਵੀ ਵਿਰੋਧ ਕੀਤਾ ਹੈ ਤੇ ਦੂਜੇ ਦਿਨ ਉਹਨਾਂ ਨੇ ਸਸਪੈਂਸ਼ਨ ਨੋਟਿਸ ਦਾਖਲ ਕੀਤਾ ਹੈ।